ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ। ਮੈਂ ਜਸਪਾਲ ਮੰਗਾ, ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੌਣੀ, ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ। ਸਭ ਤੋਂ ਪਹਿਲਾਂ ਸਾਰੇ ਦੇਸ਼ ਵਾਸੀਆਂ ਨੂੰ ਹੋਲੀ ਅਤੇ ਹੋਲੇ ਮਹੱਲੇ ਦੀਆਂ ਬਹੁਤ ਬਹੁਤ ਵਧਾਈਆਂ। ਆਪਾਂ ਸਾਰੇ ਜਾਣਦੇ ਹਾਂ ਸਾਡਾ ਦੇਸ਼ ਦੇ ਵਿੱਚ ਬਹੁਤ ਸਾਰੇ ਤਿਉਹਾਰ ਜਿਹੜੇ ਆ ਮਨਾਏ ਜਾਂਦੇ ਆ। ਤਿਉਹਾਰਾਂ ਦੀ ਕੋਈ ਨਾ ਕੋਈ ਇਤਿਹਾਸਿਕ ਮਹੱਤਤਾ ਹੁੰਦੀ ਹੈ, ਪਰ ਅਸੀਂ ਤਿਉਹਾਰਾਂ ਨੂੰ ਮਨਾਉਣ ਦਾ ਜਿਹੜਾ ਢੰਗ ਹੈ ਇਸ ਤਰ੍ਹਾਂ ਦਾ ਬਣਾ ਲਿਆ ਜਿਹਦੇ ਨਾਲ ਅਸੀਂ ਵਾਤਾਵਰਨ ਨੂੰ ਵੀ ਖਰਾਬ ਕਰਦੇ ਹਾਂ, ਆਪਣੀ ਸਿਹਤ ਨੂੰ ਵੀ ਖਰਾਬ ਕਰਦੇ ਹਾਂ ਅਤੇ ਸਮਾਜ ਦੇ ਵਿੱਚ ਵੀ ਜਿਹੜਾ ਉਹ ਕਈ ਬੁਰਾਈਆਂ ਪੈਦਾ ਹੁੰਦੀਆਂ। ਹੋਲੀ ਜਿਹੜੀ ਹੈ ਮਨਾਉਣੀ ਵਧੀਆ ਗੱਲ ਹੈ, ਪਰ ਕੀ ਹੋਲੀ ਜਿਹੜੀ ਹੈ ਇੱਕ ਦੂਜੇ 'ਤੇ ਰੰਗ ਪਾਉਣੇ, ਮੋਟਰਸਾਈਕਲਾਂ ਦੇ ਪਟਾਕੇ ਪਾਉਣੇ, ਤੇਲ ਸੁੱਟਣਾ, ਕੋਈ ਗੋਹਾ ਸੁੱਟੀ ਜਾਂਦਾ, ਤਾਂ ਮੇਰੇ ਖਿਆਲ 'ਚ ਇਹਦੇ ਨਾਲ ਜਿਹੜਾ ਸਾਡਾ ਜਿਹੜਾ ਅਕਸ ਹੈ ਕੋਈ ਵਧੀਆ ਨਹੀਂ ਬਣਦਾ। ਚੰਗਾ ਹੁੰਦਾ ਜੇ ਹੋਲੀ ਨੂੰ ਮਨਾਉਣ ਲਈ ਅਸੀਂ ਕੋਈ ਚੰਗੇ ਕੰਮ ਕਰੀਏ, ਜੇ ਸਾਰੇ ਇੱਕ ਦੂਜੇ 'ਤੇ ਫੁੱਲਾਂ ਦੀ ਵਰਖਾ ਕਰਨ, ਫੁੱਲਾਂ ਦੀ ਖੇਤੀ ਕਰੀਏ, ਉਹ ਫੁੱਲ ਤੋੜ ਕੇ ਅਸੀਂ ਹੋਲੀ ਮਨਾਈਏ, ਤਾਂ ਉਹ ਅੱਜ ਆਪਾਂ ਦੇਖ ਰਹੇ ਹਾਂ ਕਿ ਬਹੁਤ ਸਾਰੇ ਲੋਕ ਜਿਹੜੇ ਆ ਉਹ ਕੋਈ ਜੀਪਾਂ 'ਤੇ ਚੜ੍ਹਿਆ ਫਿਰਦਾ, ਕੋਈ ਕਾਰਾਂ 'ਤੇ ਚੜ੍ਹਿਆ ਫਿਰਦਾ, ਮੋਟਰਸਾਈਕਲਾਂ ਦੇ ਪਟਾਕੇ ਮਰਾਉਂਦੇ ਫਿਰਦੇ ਆ, ਚਾਰ ਚਾਰ ਜਣੇ ਮੋਟਰਸਾਈਕਲਾਂ 'ਤੇ ਬੈਠੇ ਆ, ਐਕਸੀਡੈਂਟ ਹੋਣ ਦਾ ਖਤਰਾ ਬਣਿਆ ਰਹਿੰਦਾ। ਤਾਂ ਸਾਨੂੰ ਇਸ 'ਤੇ ਇੱਕ ਸੇਧ ਲੈਣ ਦੀ ਲੋੜ ਹੈ। ਅੱਜ ਜਦੋਂ ਸਵੇਰੇ ਸ਼ਹਿਰ ਦੇ ਵਿੱਚ ਦੇਖਿਆ ਤਾਂ ਪੁਲਿਸ ਦੇ ਨਾਕੇ ਲੱਗੇ ਹੋਏ ਸੀ, ਤਾਂ ਜਿਹੜੇ ਵੀ ਕੋਈ 3-4 ਵਿਦਿਆਰਥੀ ਜਾਂ ਇਸ ਤਰ੍ਹਾਂ ਦੇ ਕੋਈ ਲੋਕ ਮੋਟਰਸਾਈਕਲ 'ਤੇ ਬੈਠ ਕੇ ਜਾਂਦੇ ਸੀ ਉਹਨਾਂ ਨੂੰ ਰੋਕਦੇ ਸੀ ਅਤੇ ਉਹਨਾਂ ਦਾ ਚਲਾਨ ਵੀ ਕੱਟਦੇ ਸੀ। ਤਾਂ ਅੱਜ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਪੁਲਿਸ ਵੱਲੋਂ ਬੜਾ ਵਧੀਆ ਕੰਮ ਕੀਤਾ ਗਿਆ ਅਤੇ ਪਿਛਲੇ ਸਾਲਾਂ ਨਾਲੋਂ ਬਹੁਤ ਹੀ ਘੱਟ ਜਿਹੜੇ ਹੈ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਜਿਹੜੀਆਂ ਹੋ ਰਹੀਆਂ। ਤਾਂ ਚੰਗੇ ਕੰਮ ਦੇ ਲਈ ਹਰ ਇੱਕ ਦੀ ਪ੍ਰਸ਼ੰਸਾ ਕਰਨੀ ਜ਼ਰੂਰੀ ਹੈ। ਸੋ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਪੁਲਿਸ ਦਾ ਧੰਨਵਾਦ ਕਰਦੇ ਹਾਂ ਜਿਹੜੇ ਅੱਜ ਸਵੇਰ ਤੋਂ ਲੱਗੇ ਹੋਏ ਆ, ਅਤੇ ਸ਼ਹਿਰ ਦੇ ਵਿੱਚ ਕਾਫੀ ਸ਼ਾਂਤੀ ਹੈ। ਪਰ ਸਾਨੂੰ ਪੁਲਿਸ ਦਾ ਸਹਿਯੋਗ ਵੀ ਕਰਨਾ ਚਾਹੀਦਾ, ਸਾਨੂੰ ਇੱਕ ਜ਼ਿੰਮੇਵਾਰ ਸ਼ਹਿਰੀ ਹੋਣ ਦੇ ਨਾਤੇ ਆਪਣੇ ਜਿੰਨੇ ਵੀ ਤਿਉਹਾਰ ਹੈ ਉਹਨਾਂ ਨੂੰ ਮਨਾਉਣ ਦੇ ਲਈ ਚੰਗੇ ਕੰਮ ਕਰਨੇ ਚਾਹੀਦੇ ਹੈ। ਉਸ ਤਿਉਹਾਰ 'ਤੇ ਆਪਾਂ ਕੋਈ ਪੁੰਨ ਦਾਨ ਕਰੀਏ, ਕੋਈ ਨਵੇਂ ਦਰਖਤ ਲਾਈਏ। ਤਾਂ ਅਸੀਂ ਅੱਜ ਮੈਂ ਅਨਮੋਲ ਨਾਲ ਅੱਜ ਹੋਲੀ ਮਨਾ ਰਹੇ ਹਾਂ ਸਕੂਲ ਦੇ ਵਿੱਚ, ਪਰ ਸਾਡਾ ਹੋਲੀ ਮਨਾਉਣ ਦਾ ਢੰਗ ਵੱਖਰਾ। ਅੱਗੇ ਅਸੀਂ ਇਕੱਲਾ ਬੂਟਿਆਂ ਨੂੰ ਜੜ੍ਹਾਂ 'ਚ ਪਾਣੀ ਪਾਉਣੇ ਹੈ, ਹੁਣ ਅਸੀਂ ਪਾਣੀ ਬੂਟਿਆਂ ਨੂੰ ਪਾਵਾਂਗੇ ਵੀ ਅਤੇ ਉਹਨਾਂ ਨੂੰ ਪਾਣੀ ਨਾਲ ਨਹਾਵਾਂਗੇ ਜੀ। ਸੋ ਮੇਰੀ ਸਾਰਿਆਂ ਨੂੰ ਇਹੀ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ 'ਤੇ ਬੇਨਤੀ ਹੈ ਕਿ ਪੇਪਰਾਂ ਦੇ ਦਿਨ ਹੈ, ਤੁਸੀਂ ਆਪਦੀ ਪੜ੍ਹਾਈ ਕਰੋ, ਤਾਂ ਤਿਉਹਾਰ ਮਨਾਉਣੇ ਹੈ ਤਾਂ ਉਹਨੂੰ ਠੀਕ ਢੰਗ ਨਾਲ ਮਨਾਓ, ਜਿਹਦੇ ਨਾਲ ਦੂਜਿਆਂ ਨੂੰ ਵੀ ਖੁਸ਼ੀ ਮਿਲੇ। ਇਹ ਨਹੀਂ ਆਪਾਂ ਪਟਾਕੇ ਪਾਉਂਦੇ ਜਾਂਦੇ ਹਾਂ ਅਤੇ ਲੋਕ ਵਿਚਾਰੇ ਡਰਦੇ ਬਾਹਰ ਹੀ ਨਿਕਲਦੇ। ਸੋ ਬਹੁਤ ਬਹੁਤ ਧੰਨਵਾਦ ਫਿਰ ਸਾਰੇ ਦੇਸ਼ ਵਾਸੀਆਂ ਨੂੰ ਅਤੇ ਮੇਰੇ ਪੰਜਾਬੀ ਭਰਾਵਾਂ ਨੂੰ ਹੋਲੀ ਅਤੇ ਹੋਲੇ ਮਹੱਲੇ ਦੀਆਂ ਬਹੁਤ ਬਹੁਤ ਮੁਬਾਰਕਾਂ। ਅਤੇ ਆਓ ਪੰਜਾਬ ਨੂੰ ਇੱਕ ਵਧੀਆ ਜਿਹੜਾ ਆਪਾਂ ਭਾਰਤ ਦਾ ਸਭ ਤੋਂ ਵਧੀਆ ਸੂਬਾ ਬਣਾਈਏ। ਬਹੁਤ ਬਹੁਤ ਧੰਨਵਾਦ।